ਕਹਿੰਦੇ ਨੇ ਕਿ ਜੇਕਰ ਪੁਲਿਸ ਆਪਣੀ ਆਈ 'ਤੇ ਆ ਜਾਵੇ ਤਾਂ ਵੱਡੇ ਵੱਡੇ ਮੁਜਰਮਾਂ ਨੂੰ ਭਜਣਾ ਪੈ ਜਾਂਦੀਆਂ ਨੇ। ਇਹ ਕਹਾਵਤ ਅਕਸਰ ਸੁਣਨ ਨੂੰ ਮਿਲਦੀ ਹੈ, ਪਰ ਅੱਜ ਖੰਨਾ ਪੁਲਿਸ ਨੇ ਇਹ ਸਾਬਤ ਵੀ ਕਰ ਦਿਖਾਇਆ ਜਦੋਂ DSP ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਅੱਜ ਨਸ਼ਾ ਤਸਕਰੀ ਦਾ ਹਾਟ ਸਪਾਟ ਮੰਨੇ ਜਾਂਦੇ ਮੀਟ ਮਾਰਕੀਟ 'ਚ ਕਾਸੋ ਆਪਰੇਸ਼ਨ ਚਲਾਇਆ ਗਿਆ, ਜਿਸ ਵਿੱਚ 100 ਮੁਲਾਜ਼ਮਾਂ ਦੀ ਟੀਮ ਨੇ ਰੇਡ ਕੀਤੀ। ਇਸ ਦੌਰਾਨ ਨਸ਼ਾ ਸਪਲਾਈ ਕਰਨ ਵਾਲਿਆਂ ਨੇ ਨਸ਼ਾ ਐਸੀਆਂ ਜਗ੍ਹਾ 'ਤੇ ਛੁਪਾ ਕੇ ਰੱਖਿਆ ਹੋਇਆ ਸੀ ਕਿ ਪੁਲਿਸ ਨੂੰ ਚਕਮਾ ਪਾ ਦਿੱਤਾ, ਪਰ ਖੰਨਾ ਪੁਲਿਸ ਨੇ ਆਖਰ ਮੰਜਿਆਂ ਦੇ ਪਾਵਿਆਂ 'ਚ ਲੁਕੋਇਆ ਨਸ਼ਾ ਲੱਭ ਹੀ ਲਿਆ। ਕਾਸੋ ਆਪਰੇਸ਼ਨ ਦੌਰਾਨ ਕਈ ਵਿਅਕਤੀ ਹਿਰਾਸਤ 'ਚ ਵੀ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। DSP ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਸ਼ੇ ਦੇ ਖਾਤਮੇ ਲਈ ਲਗਾਤਾਰ ਇਹੋ ਜਿਹੇ ਛਾਪੇ ਮਾਰੇ ਜਾ ਰਹੇ ਹਨ, ਇਹਨਾਂ ਨਾਲ ਪੁਲਿਸ ਨੂੰ ਸਫਲਤਾ ਮਿਲਦੀ ਹੈ। ਇਸ ਤੋਂ ਇਲਾਵਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਉੱਪਰ ਵੀ ਕਾਸੋ ਚਲਾਈ ਗਈ। ਇਹ ਦਬੰਗ ਸਟਾਈਲ ਪੰਜਾਬ ਪੁਲਿਸ ਦਾ ਹੈ ਜੋ ਕਿ ਖੰਨੇ ਵਿਖੇ ਅੱਜ ਦੁਪਹਿਰੇ 47 ਡਿਗਰੀ ਤਾਪਮਾਨ 'ਚ ਪੁਲਿਸ ਨੇ ਕੈਸੋ ਆਪਰੇਸ਼ਨ ਚਲਾਇਆ। ਫਿਲਮੀ ਸਟਾਈਲ 'ਚ ਨਸ਼ਾ ਤਸਕਰ ਫੜੇ। DSP ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਨਸ਼ਾ ਤਸਕਰੀ ਲਈ ਬਦਨਾਮ ਥਾਵਾਂ ਉੱਤੇ ਰੇਡ ਕੀਤੀ ਗਈ। ਜਦੋਂ ਪੁਲਿਸ ਨੂੰ ਦੇਖ ਤਸਕਰ ਭੱਜਣ ਲੱਗੇ ਤਾਂ ਪੁਲਿਸ ਨੇ ਪਿੱਛੇ ਭੱਜ ਕੇ ਇਹਨਾਂ ਨੂੰ ਫੜਿਆ। ਲੁੱਟ ਖੋਹ 'ਚ 1 ਮਹੀਨੇ ਤੋਂ ਲੋੜੀਂਦਾ ਮੁਲਜ਼ਮ ਵੀ ਕਾਬੂ ਆਇਆ। ਕੈਸੋ ਦੌਰਾਨ 3 ਮੁਕੱਦਮੇ ਦਰਜ ਕੀਤੇ ਗਏ ਅਤੇ 3 ਤਸਕਰ ਫੜੇ ਗਏ ਹਨ। ਸਿਖਰ, ਦੁਪਹਿਰੇ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਹੈ, ਸਰ ਕੀ ਮਕਸਦ ਸੀਗਾ? ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਸਾਰੇ ਪੰਜਾਬ 'ਚ ਕਾਸੋ ਆਪਰੇਸ਼ਨ ਚੱਲ ਰਿਹਾ ਸੀ। ਇਹਦੇ ਵਿੱਚ ਅਸੀਂ ਜੋ ਸਸਪੈਕਟਡ ਬੰਦਰ ਸਾਨੂੰ ਵਾਂਟਡ ਸੀਗੇ ਉਹ ਅਸੀਂ ਰਾਊਂਡ ਅਪ ਕੀਤੇ ਨੇ। ਕੁਛ ਬੰਦਿਆਂ ਦੇ ਖਿਲਾਫ਼ ਪਹਿਲਾਂ ਮੁਕੱਦਮੇ ਦਰਜ ਸੀਗੇ, ਉਹ ਵੀ ਅਸੀਂ ਰਾਊਂਡ ਅਪ ਕੀਤੇ ਨੇ। ਅਤੇ ਸਾਡਾ ਅਜੇ ਵੀ 1 ਵਜੇ ਤੱਕ ਕਾਸੋ ਆਪਰੇਸ਼ਨ ਲਗਾਤਾਰ ਚੱਲੂਗਾ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਹਾਂ। ਜਿੱਥੇ ਵੀ ਤੁਹਾਨੂੰ ਨਸ਼ੇ ਬਾਰੇ ਥੋੜ੍ਹਾ ਜਿਹਾ ਵੀ ਕਲੂ ਮਿਲਦਾ ਸਾਨੂੰ ਇਮੀਡੀਏਟਲੀ ਇਨਫੋਰਮੇਸ਼ਨ ਦਿਓ। ਅਸੀਂ ਉਹਨਾਂ ਦਾ ਨਾਂ ਅਤੇ ਨੰਬਰ ਸੀਟ ਰੱਖਾਂਗੇ। ਅਸੀਂ ਪਬਲਿਕ ਵਾਸਤੇ 24 ਘੰਟੇ ਹਾਜ਼ਰ ਹੈ ਕੰਮ ਵਾਸਤੇ।